ਸਾਹਿਬ ਪ੍ਰੈਸ ਕਾਨਫਰੰਸ ਦੇ ਵਿੱਚ ਮੇਰੇ ਨਾਲ ਬਹੁਤ ਹੀ ਸਤਿਕਾਰਯੋਗ ਸਾਡੇ ਸਾਡੇ ਪਾਰਲੀਮੈਂਟਰੀ ਉਮੀਦਵਾਰ ਸਾਡੇ ਭੈਣ ਅਮਰਜੀਤ ਕੌਰ ਸਾਹੂ ਜੀ ਸਾਹਿਬ ਬਹੁਤ ਸਤਿਕਾਰਯੋਗ ਸਾਡਾ ਹੋਣਹਾਰ ਵੀਰ ਜਿਹਨਾਂ ਨਾਲ ਮੇਰਾ ਕਈ ਸਾਲਾਂ ਦਾ ਪੁਰਾਣਾ ਰਿਸ਼ਤਾ ਹੈ ਦਿਲਪਾਲ ਜੀ ਰਾਜਕੋਟ ਸਾਹਿਬ ਪਰਮਪਾਲ ਤਖਤੂਪੁਰਾ ਸਾਹਿਬ ਤਖਤੂਪੁਰਾ ਸਾਹਿਬ ਸਾਡੇ ਅੰਕਲ ਵਿਨੋਦ ਜੀ ਤਮਾਮ ਉਹਨਾਂ ਦੇ ਸਾਥੀ ਗਏ ਤੁਹਾਨੂੰ ਪਤਾ ਕਿ ਚੁਣਾਵੀ ਮਾਹੌਲ ਹੈ ਔਰ ਪੂਰੇ ਪੰਜਾਬ ਦੇ ਅੰਦਰ ਬਹੁਤ ਸ਼ਾਨਦਾਰ ਵਾਤਾਵਰਨ ਕਾਂਗਰਸ ਪਾਰਟੀ ਦੇ ਹੱਥ ਵਿੱਚ ਬਣਿਆ ਸੋ ਸਾਰੇ ਉਮੀਦਵਾਰ ਲਗਭਗ ਚੋਣ ਮੈਦਾਨ ਚ ਆ ਗਏ ਹੈ ਔਰ ਦਿਨ ਬ ਦਿਨ ਹਾਲਾਤ ਚੰਗੇ ਹੁੰਦੇ ਜਾ ਰਹੇ ਚਾਹੇ ਉਹ ਸੰਗਰੂਰ ਦੀ ਗੱਲ ਕਰ ਲਓ ਚਾਹੇ ਗੁਰਦਾਸਪੁਰ ਦੀ ਗੱਲ ਕਰ ਲਓ ਚਾਹੇ ਜਲੰਧਰ ਦੀ ਗੱਲ ਕਰ ਲਓ ਚਾਹੇ ਫਰੀਦਕੋਟ ਦੀ ਗੱਲ ਕਰ ਲਓ ਲੋਕ ਇਹ ਮਹਿਸੂਸ ਕਰ ਰਹੇ ਨੇ ਕਿ ਕਾਂਗਰਸ ਪਾਰਟੀ ਹੀ ਇੱਕ ਵਿਕਲਪ ਪਾਰਟੀ ਹੈ ਔਰ ਇਸ ਤੋਂ ਬਿਨਾਂ ਦੇਸ਼ ਦੇ ਅੰਦਰ ਔਰ ਪ੍ਰਦੇਸ਼ ਦੇ ਅੰਦਰ ਇਸ ਤੋਂ ਬਿਹਤਰੀਨ ਕੋਈ ਪਾਰਟੀ ਨਹੀਂ ਹੈ ਚਾਹੇ ਉਹ ਕਿਸਾਨ ਹੈ ਚਾਹੇ ਉਹ ਮਜ਼ਦੂਰ ਹੈ ਚਾਹੇ ਉਹ ਕਾਰੋਬਾਰ ਕਿਉਂਕਿ ਜਿਸ ਪ੍ਰਕਾਰ ਅੱਜ ਕਾਰੋਬਾਰ ਦਾ ਕੰਮ ਹੈ ਲਾਅ ਐਂਡ ਆਰਡਰ ਦੀ ਸਥਿਤੀ ਬੁਰਾ ਹਾਲ ਹੈ ਲੋਕਾਂ ਦੇ ਮਨ ਦੇ ਵਿੱਚ ਕਾਰੋਬਾਰੀਆਂ ਦੇ ਮਨ ਵਿੱਚ ਡਰ ਤੇ ਭੈ ਦਾ ਸਹਿਮ ਹੈਗਾ ਕਿ ਪਤਾ ਨਹੀਂ ਕਿਸ ਵੇਲੇ ਕਿਹੜੇ ਗੈਂਗਸਟਰ ਦਾ ਸਾਨੂੰ ਟੈਲੀਫੋਨ ਆ ਜਾਏ ਤੇ ਸਾਥੋਂ ਫਰੌਤੀ ਮੰਗ ਲਈ ਔਰ ਜੇ ਡਿਵੈਲਪਮੈਂਟ ਦੀ ਗੱਲ ਕਰੀਏ ਤਾਂ ਕਿਸੇ ਪ੍ਰਕਾਰ ਦੀ ਕੋਈ 2.5 ਸਾਲਾਂ ਚ ਡਿਵੈਲਪਮੈਂਟ ਨਹੀਂ ਹੋਈ 92 ਸੀਟਾਂ ਆਮ ਆਦਮੀ ਪਾਰਟੀ ਨੂੰ ਲੋਕਾਂ ਨੇ ਜਿਤਾਈਆਂ ਬਹੁਤ ਵੱਡੀਆਂ ਉਮੀਦਾਂ ਸਨ ਬਦਲਾਵ ਆਏਗਾ ਲੇਕਿਨ ਬਦਲਾਵ ਦੇ ਨਾਂ ਤੇ ਪੰਜਾਬ ਦੇ ਲੋਕਾਂ ਨਾਲ ਬਹੁਤ ਵੱਡਾ ਧੋਖਾ ਤੇ ਫਰੇਬ ਹੋ ਰਿਹਾ ਔਰ ਤੁਸੀਂ ਦੇਖੋਗੇ ਹਰ ਫਰੰਟ ਤੇ ਪੰਜਾਬ ਸਰਕਾਰ ਹੈ ਜਿਹੜੀ ਉਹ ਮੁਕੰਮਲ ਤੌਰ ਤੇ ਫੇਲ ਹੋ ਗਈ ਹੈ 1000 ਰੁਪਇਆ ਦੇਣ ਦਾ ਬੀਬੀਆਂ ਨਾਲ ਗੱਲ ਕੀਤੀ ਗਈ ਸੀ 1000 ਦਾ ਕੀ ਦੇਣਾ ਸੀ ਹੁਣ ਉਹਨਾਂ ਨਾਲ ਉਹਨਾਂ ਦੀ ਪੈਨਸ਼ਨ ਵੀ ਨਹੀਂ ਆ ਰਹੀ ਉਹਨਾਂ ਦੀਆਂ ਸ਼ਗਨ ਸਕੀਮਾਂ ਵੀ ਰੋਕ ਲਈਆਂ ਔਰ ਮੇਰਾ ਖਿਆਲ ਲੋਕਾਂ ਦੀ ਡਿਮਾਂਡ ਸੀ ਕਿ ਸਾਨੂੰ ਲੋਕਲ ਉਮੀਦਵਾਰ ਦਿੱਤੇ ਜਾਣ ਸਾਡੇ ਆਲੇ ਹਲਕੇ ਦੇ ਵਿੱਚ ਸਿੰਗਰ ਕਲਾਕਾਰ ਕਿਉਂਕਿ ਮੈਂ ਨਹੀਂ ਕਹਿੰਦਾ ਕੋਈ ਸਿੰਗਰ ਕਲਾਕਾਰ ਮਾੜਾ ਹੁੰਦਾ ਬੜੇ ਚੰਗੇ ਹੁੰਦੇ ਉਹਨਾਂ ਨੇ ਆਪਦੇ ਫੀਲਡ ਦੇ ਵਿੱਚ ਬੜੀਆਂ ਮੱਲਾਂ ਮਾਰੀਆਂ ਹੋਣਗੀਆਂ ਲੇਕਿਨ ਕਿਸੇ ਉਮੀਦ ਨਹੀਂ ਹੁੰਦੀ ਵੀ ਯਾਰ ਕਿਉਂਕਿ ਉਹਨਾਂ ਦਾ ਕੰਮ ਕੋਈ ਹੋਰ ਹੁੰਦਾ ਤੇ ਸਿਆਸਤਦਾਨਾਂ ਦਾ ਕੰਮ ਕੋਈ ਹੋਰ ਹੁੰਦਾ ਸੋ ਅਸੀਂ ਬੜਾ ਸੋਚ ਸਮਝ ਕੇ ਫਰੀਦਕੋਟ ਦੀ ਉਮੀਦਵਾਰ ਐਲਾਨੀ ਬੀਬੀ ਅਮਰਜੀਤ ਕੌਰ ਸਾਹਿਬ ਹੋਕੇ ਔਰ ਖਾਸ ਕਰਕੇ ਕਿਉਂਕਿ ਔਰਤਾਂ ਦਾ ਬਹੁਤ ਵੱਡਾ ਯੋਗਦਾਨ ਹੈ ਅੱਧੀ ਆਬਾਦੀ ਹੈ ਔਰਤਾਂ ਦੀ ਪੰਜਾਬ ਸੋ ਸਾਨੂੰ ਲੱਗਦਾ ਕਿ ਇੱਕ ਔਰਤ ਨਾਲ ਇੱਕ ਔਰਤ ਹੋਰ ਕੰਫਰਟੇਬਲ ਤਰੀਕੇ ਦੇ ਨਾਲ ਗੱਲ ਕਰ ਸਕਦੀ ਹੈ ਔਰ ਉਹਨਾਂ ਦੀ ਰੀਪ੍ਰੈਜੈਂਟੇਸ਼ਨ ਹੋਣੀ ਦੇਸ਼ ਦੀ ਪਾਰਲੀਮੈਂਟ ਵਿੱਚ ਬੜੀ ਜ਼ਰੂਰੀ ਇਸ ਕਰਕੇ ਅਸੀਂ 2 ਮਹਿਲਾਵਾਂ 13 ਵਿੱਚੋਂ ਪਾਰਲੀਮੈਂਟ ਦੇ ਵਿੱਚ ਉਤਾਰੀਆਂ ਔਰ ਮੈਨੂੰ ਪੂਰਨ ਉਮੀਦ ਹੈ ਕਿ ਇਹ ਦੋਨੋਂ ਜਾਣੇ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਆਉਣ ਵਾਲੇ ਸਮੇਂ ਚ ਪਹੁੰਚਣਗੇ ਲੋਕਾਂ ਦੀ ਕਿਰਪਾ ਦੇ ਸਦਕਾ ਔਰ ਫਰੀਦਕੋਟ ਦੇ ਮਸਲੇ ਉੱਥੇ ਸਾਰੇ ਖੜੇ ਹੋ ਕੇ ਬੁਲੰਦ ਆਵਾਜ਼ ਦੇ ਵਿੱਚ ਚੁੱਕਣਗੇ ਪੜ੍ਹੇ ਲਿਖੇ ਹੈ ਟੀਚਰ ਰਹੇ ਹੈ ਤਜੁਰਬਾ ਹੈਗਾ ਲੋਕਾਂ ਦੀ ਸੇਵਾ ਕਰਨ ਦੀ ਭਾਵਨਾ ਹੈਗੀ ਹੈ ਸੋ ਇਸ ਕਰਕੇ ਅਸੀਂ ਬੀਬੀ ਜੀ ਨੂੰ ਇੱਕ ਤਾਂ ਔਰਤਾਂ ਦੀ ਰਿਪ੍ਰੈਜੈਂਟੇਸ਼ਨ ਹੋ ਜਾਏਗੀ ਦੂਸਰੇ ਇਸ ਇਲਾਕੇ ਨਾਲ ਸੰਬੰਧਿਤ ਨੇ ਪੜ੍ਹੇ ਲਿਖੇ ਨੇ ਸੇਵਾ ਕੀਤੀ ਔਰ ਪੋਲੀਟੀਕਲ ਤਜਰਬਾ ਵੀ ਹੈਗਾ
ਕਿ 12 ਸਾਲ ਵਿਦਿਆ ਦੇ ਖੇਤਰ ਵਿੱਚ ਪੜ੍ਹਾਇਆ ਤੇ ਨਾਲ ਪੋਲੀਟੀਕਲ ਤਜਰਬਾ ਵੀ ਹੈਗਾ ਕਿ ਚੇਅਰਮੈਨ ਜਿਹੜਾ ਪ੍ਰੀਸ਼ਦ ਰਹੇ ਉਹ ਚੁਣਾਵ ਲੜੇ ਤੇ ਅੱਜ ਮੈਂਬਰ ਆਫ ਪਾਰਲੀਮੈਂਟ ਦੀ ਟਿਕਟ ਤੇ ਚੁਣਾਵ ਲੜ ਰਹੇ। ਸੋ ਮੈਨੂੰ ਪੂਰਨ ਉਮੀਦ ਹੈ ਕਿ ਇਹ ਤਕੜੇ ਹੋ ਕੇ ਆਉਣ ਵਾਲੇ ਸਮੇਂ ਚ ਲੜਾਈ ਲੜਨਗੇ ਫਰੀਦਕੋਟ ਦੇ ਲੋਕਾਂ ਦੀ। ਅਸੀਂ ਸਭ ਸਾਥ ਹੈ ਮੇਰਾ। ਬੇਸ਼ੱਕ ਮੈਂ ਲੁਧਿਆਣੇ ਤੋਂ ਚੁਣਾਵ ਲੜ ਰਿਹਾ, ਲੇਕਿਨ ਮੇਰਾ ਓਨਾ ਹੀ ਧਿਆਨ ਫਰੀਦਕੋਟ ਲੋਕ ਸਭਾ ਦੇ ਵਾਸਤੇ ਹੈਗਾ ਔਰ ਅਸੀਂ ਇੱਥੋਂ ਵੱਡੀ ਜਿੱਤ ਨਾਲ ਅਮਰਜੀਤ ਕੌਰ ਸਾਹਿਬ ਦੇ ਮਸੂਲ ਤੇ ਦਾਖਲ ਹੋਏ। ਸੋ ਕਈ ਲੋਕ ਹੋਰ ਉਮੀਦਵਾਰ ਸਨ, ਉਹਨਾਂ ਵਿੱਚੋਂ ਇੱਕ ਮੇਰਾ ਭਰਾ ਡਿੰਪਲ, ਜਿਹਨੂੰ ਮੈਂ ਬਹੁਤ ਪਿਆਰ ਕਰਦਾ। ਜ਼ਰੂਰੀ ਨਹੀਂ ਹੈ ਕਿ ਮੇਰਾ ਸਾਹੋ ਕੇ ਪਰਿਵਾਰ ਨਾਲ ਜ਼ਿਆਦਾ ਲਿਹਾਜ ਹੈ, ਟਿਕਟ ਉਹਨਾਂ ਨੂੰ ਨਹੀਂ। ਮੇਰਾ ਰਿਸ਼ਤਾ ਬਹੁਤ ਪੁਰਾਣਾ ਤੇ ਗਹਿਰਾ ਰਿਸ਼ਤਾ ਡਿੰਪਲ ਨਾਲ ਹੈ, ਛੋਟਾ ਭਰਾ। ਇਹ ਵੀ ਪੂਰਾ ਪ੍ਰਬਲ ਦਾਅਵੇਦਾਰ ਸੀਗਾ ਪਾਰਲੀਮੈਂਟ, ਇਹਦੇ ਚ ਕਿਸੇ ਪ੍ਰਕਾਰ ਦੀ ਕੋਈ ਕਮੀ ਨਹੀਂ ਸੀ ਕਿ ਇਹ ਕਿਸੇ ਗੱਲ ਤੋਂ ਪੱਕ ਸੀਗਾ। ਬਹੁਤ ਹੀ ਹੋਣਹਾਰ ਮੁੰਡਾ ਹੈ, ਨੌਜਵਾਨ ਸਾਥੀ ਹੈ, ਸੇਵਾ ਕਰਦਾ, ਦਿਨ ਰਾਤ ਪਕਾਈ ਕਰਦਾ, ਜਿੱਥੇ ਆਵਾਜ਼ ਅਸੀਂ ਮਾਰੀ ਉੱਥੇ ਹਾਜ਼ਰ ਰਿਹਾ। ਮਨ ਦੇ ਵਿੱਚ ਨਾਰਾਜ਼ਗੀ ਗਿਲਾ ਹੋ ਜਾਂਦਾ ਕਿ ਸਾਨੂੰ ਇਗਨੋਰ ਕੀਤਾ ਗਿਆ ਪਾਰਟੀ, ਪਰ ਮੈਂ ਪਰਿਵਾਰ ਦਾ ਮੁਖੀ ਹੋਣ ਦੇ ਨਾਤੇ ਮੇਰਾ ਫਰਜ਼ ਬਣਦਾ ਕਿ ਸਾਰੇ ਪਰਿਵਾਰ ਨੂੰ ਇਕੱਠੇ ਲੈ ਜਾਂਦਾ। ਪਰ ਇਹ ਫਰਾਕ ਵੀ ਇਹਨਾਂ ਨੂੰ ਕਰ, ਜਿਹਨੇ ਛੱਡਣਾ ਉਹਨੇ ਤਾਂ ਛੱਡ ਹੀ ਜਾਣਾ। ਜਿਹਨੂੰ 3 ਟਿਕਟਾਂ ਦੇਤੀਆਂ ਗੋਲਡਿੰਗ ਸਾਡੇ ਭਰਾ ਨੂੰ 42 ਸਾਲਾਂ ਦੀ ਉਮਰ ਚ, ਉਹ ਵੀ ਛੱਡ ਗਿਆ। 3 ਵਾਰੀ ਚੱਬੇਵਾਲ ਨੂੰ ਅਸੀਂ ਬਣਾਤਾ, ਉਹ ਛੱਡ ਗਿਆ। 3 ਵਾਰੀ ਬਿੱਟੂ ਨੂੰ ਮੰਤਰੀ MP ਬਣਾਤਾ, ਉਹ ਛੱਡ ਗਿਆ। ਇੱਧਰ ਕਿਸੇ ਨੂੰ ਕੁਝ ਨਹੀਂ ਮਿਲਿਆ ਹਜੇ ਤੱਕ ਤੇ ਇਸ ਦੇ ਬਾਵਜੂਦ ਵੀ ਇਹੋ ਜਿਹੇ ਪਰਿਵਾਰ ਹੈ ਡਿੰਪਲ ਹਰੀ, ਬੀਬੀ ਜਗਦਰਸ਼ਨ ਕੌਰ ਹਰੀ, ਜਿਹੜੇ ਫਿਰ ਵੀ ਕਹਿੰਦੇ ਆ ਕਿ ਅਸੀਂ ਕਾਂਗਰਸ ਦਾ ਝੰਡਾ ਬੁਲੰਦ ਕਰਾਂਗੇ। ਸਾਨੂੰ ਇਹੋ ਜਿਹੇ ਪਰਿਵਾਰਾਂ ਦੀ ਤਲਾਸ਼ ਕਰਨੀ ਪਊਗੀ ਜੇ ਕਾਂਗਰਸ ਪਾਰਟੀ ਨੂੰ ਅਸੀਂ ਆਉਣ ਵਾਲੇ ਸਮੇਂ 'ਚ ਕਾਮਯਾਬ ਕਰਾਂਗੇ। ਸੋ ਬਾਬਾ ਸੁੱਖ ਰੱਖੇ, ਉੱਚੇ ਬੋਲਣਾ ਬੋਲੀਏ ਕਰਤਾਰੋਂ ਡਰੀਏ, ਸਮੇਂ ਤੋਂ ਪਹਿਲਾਂ ਗੱਲ ਕਰਨੀ ਚੰਗੀ ਨਹੀਂ ਹੁੰਦੀ। ਪਰ ਡਿੰਪਲ ਨੂੰ ਬਾਬਾ ਸੁੱਖ ਰੱਖੇ 2027 ਦੇ ਵਿੱਚ MLA ਬਣਾ ਕੇ ਨਵਾਜਾਂਗੇ, ਟਿਕਟ ਦਿਆਂਗੇ। ਅੱਗੇ ਇਹਦੇ ਕਰਮ ਹੈ, ਜਿਤਨਾ ਇਹਨੇ ਤਕੜਾ ਹੋ ਕੇ ਮਿਹਨਤ ਕਰਨੀ ਔਰ ਪੰਜਾਬ ਦੀ ਵਿਧਾਨ ਸਭਾ 'ਚ ਭੇਜਾਂਗੇ। ਇਹ ਕੰਬੀਨੇਸ਼ਨ ਰਹੇਗਾ, ਬੀਬੀ ਜੀ ਪਾਰਲੀਮੈਂਟ 'ਚ ਜਾਣ, ਇਹ ਸਾਡਾ ਨੌਜਵਾਨ ਸਾਥੀ ਅਸੀਂ ਉਹ MLA ਬਣੇ। ਸੋ ਅੱਜ ਦੋਵੇਂ ਜਾਣਿਆਂ ਦਾ ਰਸਮੀ ਤੌਰ 'ਤੇ ਇਸ ਕਰਕੇ ਇੱਥੇ ਬੁਲਾਇਆ ਕਿ ਅੱਜ ਡਿੰਪਲ ਜੀ ਅੱਜ ਤੋਂ ਬਾਅਦ ਫਰੀਦਕੋਟ ਦੇ ਉਮੀਦਵਾਰ ਵਾਸਤੇ 3 ਰਾਤ 1 ਕਰ ਦੇਣਗੇ ਤੇ ਉਹਨਾਂ ਦੇ ਚੁਣਾਵੀ ਇਸ ਲੜਾਈ ਦੇ ਵਿੱਚ ਬੀਬੀ ਅਮਰਜੀਤ ਕੌਰ ਦਾ ਸਾਥ ਦੇਣਗੇ। ਔਰ ਮੈਂ ਪੂਰੇ ਜ਼ਿੰਮੇਦਾਰੀ ਨਾਲ ਕਹਿ ਸਕਦਾ ਕਿ ਉਹਨਾਂ ਦਾ ਸਮਾਂ ਪਾਰਟੀ ਡਿੰਪਲ ਜੀ ਅਤੇ ਡਿੰਪਲ ਦੇ ਪਰਿਵਾਰ ਦੀ ਅਣਦੇਖੀ ਨਹੀਂ ਕਰੂਗੀ। ਜੋ ਇਹਨਾਂ ਦੇ ਮਨ ਦੀਆਂ ਭਾਵਨਾਵਾਂ ਹਨ ਕਿ MLA ਦਾ ਚੁਣਾਵ ਲੜਨਾ, ਉਹ ਪਾਰਟੀ ਆਉਣ ਵਾਲੇ ਸਮੇਂ 'ਚ ਪੂਰੀਆਂ ਕਰੇ। ਬਡਿੰਗ ਸਾਹਿਬ, ਪਹਿਲਾਂ ਵੀ 3-4 ਵਾਰ ਬੀਬੀ ਜਗਦਰਸ਼ਨ ਕੌਰ ਦਾ ਕਹਿਣਾ ਕਿ ਸਾਨੂੰ ਭਰੋਸਾ ਦਿੱਤਾ ਸੀਗਾ ਕਿ ਵੀ ਤੁਹਾਨੂੰ ਲੜਾਵਾਂਗੇ, ਚੋਣ ਲੜਾਵਾਂਗੇ, ਪਰ ਹਰ ਵਾਰ ਹੀ ਪਿੱਛੇ ਕੀਤਾ ਜਾਂਦਾ। ਕਈ ਵਾਰੀ ਸਰਕਮਸਟਾਂਸਿਸ ਐਸੇ ਹੋ ਜਾਂਦੇ ਆ, ਕੋਈ ਐਸੀ ਦਿੱਕਤ ਨਹੀਂ। ਫੇਰ ਆਏ, ਦਰੁਸਤ ਆਏ। ਰਾਜਾ ਬੜਿੰਗ ਵੀ 5 ਸਾਲ ਮੰਤਰੀਸ਼ਿਪ ਤਲਾਸ਼ਦਾ ਰਿਹਾ, ਲੇਕਿਨ ਉਹ ਅਖੀਰ ਤੇ 3 ਮਹੀਨੇ ਆ ਕੇ ਬਣੀ। ਮੈਂ ਜਿਹਨੂੰ ਹਰਾਇਆ ਸੀ ਉਹਨੂੰ ਮੰਤਰੀ ਬਣਾ ਦਿੱਤਾ ਗਿਆ। ਸਬਰ ਦਾ ਫਲ ਮਿੱਠਾ ਹੁੰਦਾ, ਹੁਣ ਰਾਜਾ ਬੜਿੰਗ ਪੰਜਾਬ ਕਾਂਗਰਸ ਦਾ ਪ੍ਰਧਾਨ। ਬੜਿੰਗ ਸਾਹਿਬ, ਦਰਸ਼ਨ ਸਿੰਘ ਜੀ ਬਰਾੜ ਉਹਨਾਂ ਦੇ ਗਰੁੱਪ ਵੱਲੋਂ ਵੀ ਜਿਹੜੀ ਮੁਖਾਲਫਤ ਕੀਤੀ ਜਾ ਰਹੀ ਹੈ, ਕੀ ਉਹਨਾਂ ਨੂੰ ਵੀ ਅਪਣਾਇਆ ਜਾ ਰਿਹਾ? ਉਸ ਦਾ ਦਰਸ਼ਨ ਸਿੰਘ ਬਰਾੜ ਤਾਂ ਕਾਂਗਰਸ ਹੀ ਸੀ, ਪਰ ਉਹਨਾਂ ਦੇ ਜਿਹੜਾ ਕਾਂਗਰਸ ਪਾਰਟੀ ਦੀਆਂ ਮੀਟਿੰਗਾਂ 'ਚ ਉਹ ਨਜ਼ਰ ਨਹੀਂ ਆ ਰਹੇ, ਤਾਂ ਚੁਣਾਵ ਨਹੀਂ ਲੜ ਰਹੇ ਸੀ, ਨਾ ਉਹਨਾਂ ਦੇ ਕੋਈ ਚੁਣਾਵ ਲੜਨ ਦੀ ਪਾਰਲੀਮੈਂਟ ਦੀ ਮੰਗ ਸੀ। ਮੈਨੂੰ ਨਹੀਂ ਲੱਗਦਾ, ਬਟ ਹਾਂ ਅਸੀਂ ਹਰ ਵਿਅਕਤੀ ਨੂੰ ਬਣਾਉਣ ਦੀ ਕੋਸ਼ਿਸ਼ ਕਰਾਂਗੇ। ਕਮਲਜੀਤ ਬਰਾੜ ਤਾਂ ਕਹਿੰਦੇ ਜੀ ਰਾਜੇ ਬਜਰੰਗ ਨੂੰ ਹਰਾ ਕੇ ਤੋਰਾਂਗੇ, ਬੁਰੀ ਤਰ੍ਹਾਂ ਨਾਲ ਹਰਾ ਕੇ ਭੇਜਾਂਗੇ ਲੁਧਿਆਣੇ। ਕੋਈ ਗੱਲ ਨਹੀਂ, ਰੱਬ ਨੂੰ ਚੜ੍ਹਦੀ ਕਲਾ।
ਰੂਪੀ ਸਿੰਘ ਦੱਸ ਸਕਦੇ?